ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਂ ਯੂਨੀਵਰਸਿਟੀ ਵੀ ਮੇਰਾ ਨਾਮ ਜਤਿੰਦਰ ਸਿੰਘ ਖੇਰਾ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਨਿਗਾ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਪੈਟਰੋਲ ਪੰਪ ਦੇ ਮਾਲਕ ਦਾ ਦੇਰ ਰਾਤ ਗੋਲੀਆਂ ਮਾਰ ਕੇ ਕੀਤਾ ਕਤਲ ਫੁਕਵਾੜਾ 'ਚ ਤਰਨੇ ਦੌਰਾਨ ਰਖੜੀ ਤੇ ਵੱਡੀ ਰਾਹਤ ਕਿਸਾਨਾਂ ਨੇ ਲੋਕਾਂ ਲਈ ਖੋਲੀਆਂ ਸੜਕਾਂ ਆਪ ਵਿਧਾਇਕ ਦਾ ਵੱਡਾ ਬਿਆਨ ਮਿਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਰਾਂਗੇ ਕਿਸਾਨਾਂ ਦੇ ਬਕਾਇਆ ਦਾ ਭੁਗਤਾਨ ਜ਼ਮਾਨਤ ਮਿਲਣ ਮਗਰੋਂ ਮੱਝੀ ਠਹਿਰ ਰਿਹਾ ਰਾਸ਼ਟਰਪਤੀ ਰਿਹਾਇਸ ਤੇ FBI ਵੱਲੋਂ ਸ਼ਾਬਾਸ਼ ਸਾਫ ਕਾ ਰਾਸ਼ਟਰਪਤੀ ਨੇ ਕਿਹਾ 2024 ਦੀਆਂ ਚੋਣਾਂ ਲੜਨ ਤੋਂ ਰੋਕਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਖਤਰਨਾਕ ਆਤਵਾਦੀਆਂ ਦੇ ਨਾਮ ਕਾਲੀ ਸੂਚੀ 'ਚ ਨਾ ਪਾਉਣਾ ਅਫਸੋਸਜਨਕ ਭਾਰਤ ਨੇ ਚੀਨ ਤੇ ਕੀਤਾ ਵਿਅੰਗ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅੰਮ੍ਰਿਤਸਰ ਦੇ ਪੌਸ਼ ਇਲਾਕੇ ਹੋਲੀ ਸਿਟੀ ਦੇ ਵਿੱਚ ਤਿੰਨ ਵਿਅਕਤੀਆਂ ਦੇ ਵੱਲੋਂ ਇੱਕ ਕਾਰੋਬਾਰੀ ਦਾ ਦੇਰ ਰਾਤ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਵਾਰਦਾਤ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਮੋਨ ਸਿੰਘ ਵਜੋਂ ਹੋਈ ਹੈ ਜਿਸ ਦੇ ਦੋ ਪੈਟਰੋਲ ਪੰਪ ਨੇ। ਮ੍ਰਿਤਕ ਰੋਜ਼ਾਨਾ ਦੀ ਤਰ੍ਹਾਂ ਆਪਣੇ ਪੈਟਰੋਲ ਪੰਪਾਂ ਨੂੰ ਬੰਦ ਕਰਨ ਤੋਂ ਬਾਅਦ ਉਹਨਾਂ ਦਾ ਕੈਸ਼ ਲੈ ਕੇ ਘਰ ਪਹੁੰਚੇ ਸਨ। ਇਸ ਦੌਰਾਨ ਉਹਨਾਂ ਦੇ ਘਰ ਦੇ ਬਾਹਰ ਗੱਡੀ 'ਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਅੰਨੇਵਾ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਅਨੁਰਪਾਲ ਸਿੰਘ ਅਤੇ ਡੀਐਸਪੀ ਇਨਵੈਸਟੀਗੇਸ਼ਨ ਮੁਖਵੰਦਰ ਸਿੰਘ ਪੋਲਰ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਡੀਐਸਪੀ ਪੋਲਰ ਨੇ ਦੱਸਿਆ ਕਿ ਗੋਲੀਆਂ ਮੋਹਨ ਸਿੰਘ ਦੇ ਪੱਟ ਦੇ ਵਿੱਚ ਵੱਜੀਆਂ ਹਨ ਬਜ਼ੁਰਗ ਅਵਸਥਾ ਦੇ ਵਿੱਚ ਹੋਣ ਕਰਕੇ ਉਸ ਦਾ ਖੂਨ ਜ਼ਿਆਦਾ ਵਹਿ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਉਨਾ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਪੁਲਿਸ ਦੇ ਹੱਥ ਕੁਝ ਸੁਰਾਗ ਲੱਗੇ ਨੇ ਜਲਦ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਸਵਾਲ ਦੇ ਜਵਾਬ ਦੇ ਵਿੱਚ ਬੋਲਦਿਆਂ ਡੀਆਰਐਸਪੀ ਪੁੱਲਰ ਨੇ ਦੱਸਿਆ ਕਿ ਮ੍ਰਿਤਕ ਬਹੁਤ ਸਿੰਘ ਦੀ ਕਾਰ ਦੇ ਵਿੱਚ ਪਿਆ ਕੈਸ਼ ਤੇ ਹੋਰ ਸਮਾਨ ਉਸੇ ਤਰ੍ਹਾਂ ਮੌਜੂਦ ਪਾਇਆ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਸਕਦਾ ਹੈ ਕਿ ਇਹ ਵਾਰਦਾਤ ਲੁੱਟ ਦੀ ਨੀਅਤ ਦੇ ਨਾਲ ਨਹੀਂ ਸਗੋਂ ਨਿੱਜੀ ਦੁਸ਼ਮਣੀ ਨੂੰ ਲੈ ਕੇ ਕੀਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੁਪਾ ਪ੍ਰਦਾਨ ਮਨਜੀਤ ਸਿੰਘ ਰਾਏ ਦੀ ਪ੍ਰਦਾਨਗੀ ਚ ਬੀਤੇ ਦਿਨਾਂ ਤੋਂ ਲਗਾਤਾਰ ਸੈਂਕੜੇ ਕਿਸਾਨ ਵੀਰਾਂ ਨੇ ਸਥਾਨਕ ਇੱਕ ਮਿਲਵਲ ਗਨਾ ਕਿਸਾਨਾਂ ਦੇ ਕਰੋੜਾਂ ਰੁਪਏ ਬਕਾਇਆ ਹੋਣ ਦੇ ਮੁੱਦੇ ਨੂੰ ਲੈ ਕੇ ਕੌਮੀ ਰਾਜ ਮਾਰਗ ਨੰਬਰ 1 ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਰੋਸ ਦਰਨਾ ਲਗਾਇਆ ਹੋਇਆ ਹੈ ਇਸ ਦੌਰਾਨ ਕਿਸਾਨਾਂ ਨੇ ਫਗਵਾੜਾ ਚ ਵੱਡਾ ਐਲਾਨ ਕਰਦੇ ਹੋਏ ਆਖਿਆ ਕਿ 11 ਅਗਸਤ ਨੂੰ ਰਖੜੀ ਦੇ ਪਵਿੱਤਰ ਦਿਹਾੜੇ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੇ ਵੱਲੋਂ ਕੌਮੀ ਰਾਜਮਾਰਗ ਨੰਬਰ 1 ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟ੍ਰੈਫਿਕ ਜਮ ਨਹੀਂ ਕੀਤਾ ਜਾਵੇਗਾ ਅਤੇ ਸੜਕਾਂ ਦੇ ਦੋਵੇਂ ਪਾਸੇ ਪੂਰੀ ਤਰ੍ਹਾਂ ਸਮੇਤ ਸਰਵਿਸ ਸੜਕਾਂ ਲੋਕਾਂ ਦੀ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਖੋਲ੍ਹੀਆਂ ਜਾਣਗੀਆਂ। ਉਹਨਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਰੱਖੜੀ ਦੇ ਪਵਿੱਤਰ ਦਿਹਾੜੇ ਨੂੰ ਉਹਨਾਂ ਦੀਆਂ ਭੈਣਾਂ ਅਤੇ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਜਮ ਸੰਬੰਧੀ ਕੋਈ ਆਕੜ ਪੇਸ਼ ਆਵੇ। ਉਹਨਾਂ ਨੇ ਕਿਹਾ ਕਿ ਇਹ ਫੈਸਲਾ Hindu, Sikh ਭਾਈਚਾਰੇ ਨੂੰ ਮਜ਼ਬੂਤ ਕਰਨ ਨੂੰ ਧਿਆਨ ਚ ਰੱਖਦੇ ਹੋਏ ਲਿਆ ਗਿਆ। ਪਰ ਉਹਨਾਂ ਨਾਲ ਹੀ ਐਲਾਨ ਕਰ ਦਿੱਤਾ ਕਿ 12 ਅਗਸਤ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਨਸਾਫ ਮਿਲਣ ਤੱਕ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਬਕਾਇਆ ਕਰੋੜਾ ਰੁਪਏ ਪੰਜਾਬ ਸਰਕਾਰ ਦੇ ਵੱਲੋਂ 슈ਗਰ ਮਿਲ ਪ੍ਰਬੰਧਕਾਂ ਤੋਂ ਲੈ ਕੇ ਨਹੀਂ ਦਿੱਤੇ ਜਾਂਦੇ ਤਦ ਤੱਕ ਉਹ ਇਸੇ ਤਰ੍ਹਾਂ ਰੋਜ਼ ਪ੍ਰਦਰਸ਼ਨ ਕਰਦੇ ਰਹਿਣਗੇ ਉਨਾ ਕਿਹਾ ਕਿ 12 ਅਗਸਤ ਤੋਂ ਕੌਮੀ ਰਾਜਮਾਰਗ ਨੰਬਰ 1 ਦੇ ਦੋਵੇਂ ਪਾਸਿਆਂ ਤੇ ਟ੍ਰੈਫਿਕ ਜਾਮ ਹੋਵੇਗਾ ਦੱਸਣਯੋਗ ਹੈ ਕਿ ਬੀਤੇ ਦਿਨੀ ਤੋਂ ਫਗਵਾੜਾ ਚ ਕਿਸਾਨਾਂ ਦੇ ਵੱਲੋਂ ਹੱਲਾ ਬੋਲਦੇ ਹੋਏ ਕੌਮੀ ਰਾਜਮਾਰਗ ਨੰਬਰ 1 ਤੇ ਆੜਮੇਥੇ ਸਮੇਂ ਦੇ ਲਈ ਤੰਬੂ ਗੱਡ ਕੇ ਰੋਸ ਪ੍ਰਦਰਸ਼ਨ ਜਿਹੜਾ ਹੈ ਦਿਨ ਰਾਤ ਜਾਰੀ ਕੀਤਾ ਗਿਆ ਪ੍ਰਾਈਵੇਟ ਗੰਨਾ ਮਿਲਾਂ ਵਾਲਿਆਂ ਨੇ ਧੱਕਾ ਕੀਤਾ 3 ਸਾਲ ਹੋ ਗਏ ਨੇ ਕਿਸਾਨਾਂ ਨੂੰ ਗੰਨਾ ਸੁੱਟਿਆ ਅਜੇ ਤੱਕ ਕਿਸਾਨਾਂ ਨੂੰ ਮਿਲਦੇ ਪੈਸੇ ਨਹੀਂ ਦਿੱਤੇ ਇਹ ਧੱਕੇਸ਼ਾਹੀ ਹੀ ਹੈ ਫਿਰ ਅੱਕ ਕੇ ਕਿਸਾਨ ਖੁਦਕੁਸ਼ੀ ਹੀ ਕਰਨ ਹੋਰ ਕੀ ਕਰਨ ਨੀਜੀ ਮਿਲ ਮਾਲਕ ਹਾਕਮਾ ਦੇ ਨਾਲ ਮਿਲੇ ਹੋਏ ਨੇ ਅਤੇ ਵੋਟਾਂ ਦੇ ਵਿੱਚ ਉਹਨਾਂ ਨੂੰ ਪੈਸੇ ਦਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਿਆ ਹੈ ਇਹ ਕਹਿਣਾ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਅਸੀਂ ਕਿਸਾਨਾਂ ਦੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਿਆ ਪਿਛਲੇ ਸਾਲ ਦਾ ਸਰਕਾਰੀ ਗੰਨਾ ਮਿਲਾਂ ਵੱਲ 300 ਕਰੋੜ ਰੁਪਏ ਦਾ ਬਕਾਇਆ ਸੀ ਜਿਸ ਦੀ ਪਹਿਲੀ ਕਿਸ਼ਤ 100 ਕਰੋੜ ਰੁਪਿਆ ਜਾਰੀ ਹੋ ਚੁੱਕੀ ਹੈ ਅਤੇ ਰਹਿੰਦੇ ਪੈਸੇ ਵੀ ਕਿਸ਼ਤਾਂ ਦੇ ਵਿੱਚ ਜਾਰੀ ਹੋ ਜਾਣਗੇ ਨਿੱਜੀ ਮਿਲਾਂ ਦਾ ਵੀ ਕਰੀਬ 300 ਕਰੋੜ ਰੁਪਏ ਅਤੇ ਸਰਕਾਰੀ ਮਿਲਾਂ ਦਾ ਰਹਿੰਦਾ ਸਾਰਾ ਬਕਾਇਆ ਵੀ 7 ਸਤੰਬਰ ਤੱਕ ਜਾਰੀ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਨਿੱਜੀ ਮਿਲਾਂ ਵਾਲਿਆਂ ਨੇ ਇਸ ਦੀ ਹਾਮੀ ਭਰੀ ਹੈ ਤੇ ਕਿਸਾਨਾਂ ਨਾਲ ਵਾਦਾ ਕੀਤਾ ਹੈ ਕਿ ਪੀਤਾ ਪਰਫਗਵਾੜਾ ਗਨ ਮਿਲ ਦਾ ਮਸਲਾ ਹੋ ਰਿਹਾ ਇਸ ਮਿਲਨ ਦੇ ਮਾਲਕ ਠੱਗੀ ਮਾਰ ਗਏ ਨੇ ਇਹ ਮਿਲ ਸਰਕਾਰੀ ਜ਼ਮੀਨ ਤੇ ਬਣੀ ਹੋਈ ਹੈ ਫੈਸਲਾ ਹੋਇਆ ਹੈ ਕਿ ਮਿਲਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ ਪਰ ਫਿਰ ਪਤਾ ਚੱਲਦਾ ਹੈ ਕਿ ਪ੍ਰਾਪਰਟੀ ਤੇ ਵੀ ਲਿਮਟ ਆ ਰਹੇ ਫਿਰ ਸਾਨੂੰ ਇਹਨਾਂ ਦੀ ਇੱਕ ਪ੍ਰਾਪਰਟੀ ਫਤਿਆਬਾਦ ਹਰਿਆਣਾ ਦੇ ਵਿੱਚ ਮਿਲੀ ਹੈ ਸਾਡੇ ਅਫਸਰਾਂ ਨੇ ਸੋਚਿਆ ਕਿ ਕਰੀਬ 29 ਕਰੋੜ ਦੀ ਪ੍ਰਾਪਰਟੀ ਨੂੰ ਜਦੋਂ ਅਸੀਂ ਖੁੱਲੀ ਬੋਲੀ ਤੇ ਵੇਚਾਂਗੇ ਤਾਂ ਇਹ 40 ਤੋਂ 45 ਕਰੋੜ ਰੁਪਏ ਚ ਵਿਕ ਜਾਵੇਗੀ ਜਦੋਂ ਅਫਸਰ ਇਸ ਨੂੰ ਵੇਚਣ ਲੱਗੇ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਪਹਿਲਾਂ ਹੀ ਇੱਕ ਬੰਦੇ ਦੇ ਕੋਲ ਬਿਆਨਾ ਲਿਆ ਹੋਇਆ ਹੈ ਜਦੋਂ ਖੁੱਲੀ ਬੋਲੀ ਹੋਈ ਤਾਂ ਜੇਕਰ ਉਹ ਬੰਦਾ ਹਾਈ ਕੋਰਟ ਚਲਾ ਗਿਆ ਤਾਂ ਕੇਸ ਉਲਝ ਜਾਵੇਗਾ بس ਇਸੇ ਗੱਲ ਕਰਕੇ ਇਹ ਮਸਲਾ ਉਲਝ ਗਿਆ ਇਸ ਨੂੰ ਮੈਂ ਆਪਣੇ ਅਫਸਰਾਂ ਦੀ ਗਲਤੀ ਮੰਨਦਾ ਹਾਂ ਕਿਸਾਨਾਂ ਦਾ 72 ਕੋਰ ਇਸ ਮਿਲ ਵੱਲ ਬਕਾਇਆ ਹੈ ਅਸੀਂ ਮਿਲ ਦੀ ਫਤਿਹਾਬਾਦ ਵਾਲੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ ਜੋ ਬਕਾਇਆ ਬਚਿਆ ਉਸ ਦਾ ਵੀ ਜਲਦ ਹੱਲ ਕੱਢਿਆ ਜਾਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਜੁਪਟਿਆਲਾ ਦੀ ਕੇਂਦਰੀ ਜੇਲ੍ਹ ਚੋਂ ਰਿਹਾਅ ਹੋ ਗਏ ਨੇ ਉਹ ਕਰੀਬ 5.5 ਮਹੀਨੇ ਜੇਲ੍ਹ ਦੇ ਵਿੱਚ ਰਹੇ ਅਤੇ ਰੱਖੜੀ ਦੇ ਪਵਿੱਤਰ ਤਿਹਾਰ ਤੋਂ ਇੱਕ ਦਿਨ ਪਹਿਲਾਂ ਸ਼ਾਮ ਕਰੀਬ 6:20 ਮਿੰਟ ਤੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਜਸਟਿਸ ਐਮ ਐਸ ਰਾਮਚੰਦਰ ਰਾਓ ਅਤੇ ਜਸਟਿਸ ਸੁਰੇਸ਼ਵਰ ਠਾਕੁਰ ਦੀ ਡਿਵੀਜ਼ਨ ਬੈਂਚ ਨੇ ਨਸ਼ਿਆਂ ਨਾਲ ਸੰਬੰਧਿਤ ਇੱਕ ਕੇਸ ਦੇ ਵਿੱਚ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ ਬੈਂਚ ਨੇ ਉਹਨਾਂ ਦੀ ਜ਼ਮਾਨਤ ਅਰਜ਼ੀ ਤੇ 29 ਜੁਲਾਈ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸਮੇਂ ਮਜੀਠੀਆ ਖਿਲਾਫ ਪਿਛਲੇ ਸਾਲ 20 ਦਸੰਬਰ ਨੂੰ ਐਨਡੀਪੀਸੀ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਇਸ ਮਗਰੋਂ ਮਜੀਠਿਆ ਕੁਝ ਸਮੇਂ ਦੇ ਲਈ ਰੂਪੋਸ਼ ਹੋ ਗਏ ਸਨ ਉਸ ਸਮੇਂ ਮੁਹਾਲੀ ਦੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਪਰੰਤੂ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਮਜੀਠਿਆ ਨੂੰ 23 ਫਰਵਰੀ ਤੱਕ ਗ੍ਰਿਫਤਾਰ ਨਾ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਚ ਚੋਣਾਂ ਚ ਪ੍ਰਚਾਰ ਦੇ ਲਈ ਮਜੀਠਿਆ ਨੂੰ ਇਹ ਮੌਲਦ ਦਿੱਤੀ ਗਈ ਸੀ ਚੋਣਾਂ ਮਗਰੋਂ 24 ਫਰਵਰੀ ਨੂੰ ਮਜੀਠਿਆ ਨੇ ਆਤਮ ਸਮਰਪਨ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਕਰੀਬ 168 ਦਿਨ ਜੇਲ੍ਹ ਦੇ ਵਿੱਚ ਗੁਜ਼ਾਰਨੇ ਗੁਜ਼ਾਰੇ ਨੇ। ਅਕਾਲੀ ਆਗੂ ਵੱਲੋਂ ਵਕੀਲਾ ਆਰਐਸਐਸ ਚੀਮਾ ਅਤੇ ਅਰਸ਼ਦੀਪ ਸਿੰਘ ਨੇ 23 ਮਈ ਨੂੰ ਹਾਈ ਕੋਰਟ ਦੇ ਵਿੱਚ ਨਿਯਮਤ ਜ਼ਮਾਨਤ ਦੇ ਲਈ ਪਹੁੰਚ ਕੀਤੀ ਸੀ। ਜਸਟਿਸ ਏ ਮਸੀ ਅਤੇ ਜਸਟਿਸ ਸੰਦੀਪ ਮੋਦ ਗਿਲ ਦੇ ਬੈਂਚ ਨੇ 4 ਜੁਲਾਈ ਨੂੰ ਫੈਸਲੇ ਸੁਣਾਏ ਜਾਣ ਮੌਕੇ ਆਪਣੇ ਆਪ ਨੂੰ ਸੁਣਵਾਈ ਤੋਂ ਲਾਂਬੇ ਕਰ ਲਿਆ ਸੀ। ਮਜੀਠੀਆ ਨੇ ਆਪਣੀ ਪਟੀਸ਼ਨ 'ਚ ਦਲੀਲ ਦਿੱਤੀ ਸੀ ਕਿ ਤਤਕਾਲੀ ਕਾਂਗਰਸ ਸਰਕਾਰ ਦੇ ਵੱਲੋਂ ਸਿਆਸੀ ਬਦਲਾਖੋਰੀ ਲਈ ਆਪਣੀ ਤਾਕਤ ਅਤੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ ਸੀ। ਡਿਵੀਜ਼ਨ ਬੈਂਚ ਨੇ ਕਿਹਾ ਕਿ ਐਫਆਈਆਰ ਨੂੰ 8 ਮਹੀਨੇ ਹੋ ਗਏ ਨੇ ਅਤੇ ਰਾਜ ਸਰਕਾਰ ਹਾਲੇ ਵੀ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਵਿੱਤੀ ਸੰਸਥਾਵਾਂ ਤੋਂ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰ ਵੱਲੋਂ ਆਤਮ ਸਮਰਪਣ ਕਰਨ ਮਗਰੋਂ ਪੰਜਾਬ ਪੁਲਿਸ ਨੇ ਉਸ ਦੇ ਰਿਮਾਂਡ ਦੀ ਮੰਗ ਵੀ ਨਹੀਂ ਕੀਤੀ। ਦੱਸਣਯੋਗ ਹੈ ਕਿ ਡਰੱਗ ਰੈਕਟ ਦੀ 2018 ਦੀ ਜਾਂਚ ਰਿਪੋਰਟ ਦੇ ਆਧਾਰ ਤੇ ਹੀ ਪੰਜਾਬ ਪੁਲਿਸ ਨੇ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਸੀ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਦੇ ਮਾਰੇ ਲਾਗੋਸ ਸਥਿਤ ਨਿਵਾਸ ਤੇ ਛਾਪਾ ਮਾਰਿਆ ਹੈ ਇਹ ਜਾਣਕਾਰੀ ਦਿੰਦਿਆਂ 트ੰਪ ਨੇ ਕਿਹਾ ਕਿ FBI ਦੇ ਏਜੰਟਾਂ ਨੇ ਉਹਨਾਂ ਦੀ ਤੇਜ਼ੋਰੀ ਵੀ ਤੋੜ ਦਿੱਤੀ ਹੈ ਉਹਨਾਂ ਕਿਹਾ ਕਿ ਅਜਿਹੇ ਹਮਲੇ ਗਰੀਬਾਂ ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਹੁੰਦੇ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫਲੋਰੀਡਾ ਦੇ ਵਿੱਚ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਹੈ ਇਹ ਸਾਡੇ ਦੇਸ਼ ਤੇ ਲਈ ਬੁਰਾ ਸਮਾਂ ਹੈ ਕਿਉਂਕਿ ਫਲੋਰੀਡਾ ਦੇ ਮਾਪ ਬੀਚ ਵਿੱਚ ਮੇਰੇ ਖੂਬਸੂਰਤ ਘਰ ਮਾਰੇ ਲਾਗੋ ਦੀ FBI ਦੇ ਏਜੰਟਾਂ ਦੇ ਇੱਕ ਵੱਡੇ ਗਰੁੱਪ ਨੇ ਘੇਰਾਬੰਦੀ ਕੀਤੀ ਹੈ ਛਾਪੇ ਮਾਰੇ ਤੇ ਇਸ ਦੇ ਕਬਜ਼ਾ ਕਰ ਲਿਆ ਹੈ ਇਸ ਤੋਂ ਪਹਿਲਾਂ ਅਮਰੀਕਾ ਦੇ ਕਿਸੇ ਵੀ ਸਾਬਕਾ ਰਾਸ਼ਟਰਪਤੀ ਦੇ ਨਾਲ ਅਜਿਹਾ ਨਹੀਂ ਹੋਇਆ ਉਹਨਾਂ ਕਿਹਾ ਕਿ ਸਬੰਧਤ ਸਰਕਾਰੀ ਏਜੰਸੀਆਂ ਦੇ ਪੂਰੇ ਸਹਿਯੋਗ ਦੇ ਬਾਵਜੂਦ ਬਿਨਾਂ ਦੱਸੇ ਮੇਰੇ ਘਰ ਤੇ ਛਾਪਾ ਮਾਰਨਾ ਠੀਕ ਨਹੀਂ ਹੈ ਗੁੱਸੇ ਵਿੱਚ ਆਏ 트੍ਰੰਪ ਨੇ ਕਿਹਾ ਕਿ ਇਹ ਇਸ ਤਾਕਾਸਾ ਪੱਖ ਦੀ ਦੁਰਵਰਤੋਂ ਅਤੇ ਨਿਆਂ ਪ੍ਰਣਾਲੀ ਦਾ ਹਥਿਆਰੀਕਰਨ ਹੈ ਇਹ ਕਠੜਪੰਤੀ ਡੈਮੋਕ੍ਰੇਟਸ ਦਾ ਹਮਲਾ ਹੈ ਜੋ ਮੈਨੂੰ 224 ਦੀਆਂ ਚੋਣਾਂ ਲੜਨ ਤੋਂ ਰੋਕਣਾ ਚਾਹੁੰਦੇ ਨੇ ਹਾਲੇ ਦੇ ਵਿੱਚ ਹੋਈਆਂ ਉਹ ਚੋਣਾਂ ਦੇ ਮੱਦੇਨਜ਼ਰ ਉਹ ਇਸ ਵਿੱਚ ਖਾਸ ਤੌਰ ਤੇ ਰੁਕਾਵਟਾਂ ਪਾ ਰਹੇ ਨੇ ਉਹ ਆਉਣ ਵਾਲੀਆਂ ਮੱਧਕਾਲੀਨ ਚੋਣਾਂ ਵਿੱਚ ਰਿਪਬਲਿਕਨ ਅਤੇ ਕੰਜ਼ਰਵੇਟਿਵ ਨੂੰ ਰੋਕਣ ਦੇ ਲਈ ਕੁਝ ਵੀ ਕਰਨਗੇ ਅਸਲ 'ਚ ਅਮਰੀਕਾ ਨਿਆਂ ਪ੍ਰਣਾਲੀ ਦੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਟਰੰਪ ਨੇ 2020 ਚ ਵਾਈਟ ਹਾਊਸ ਛੱਡਣ ਤੋਂ ਬਾਅਦ ਆਪਣੇ ਫਲੋਰੀਡਾ ਸਥਿਤ ਰਿਹائش ਤੇ ਗੁਪਤ ਰਿਕਾਰਡ ਲੁਕਾਏ ਹਨ ਜਾਂ ਨਹੀਂ ਜੀਤੇ ਵਰਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ 'ਚ ਦੱਸਿਆ ਕਿ ਦੁਨੀਆ ਦੇ ਕੁਝ ਖਤਰਨਾਕ ਅਤਵਾਦੀਆਂ ਨੂੰ ਕਾਲੀ ਸੂਚੀ 'ਚ ਪਾਉਣ ਦੀ ਜਾਇਜ਼ ਤਸਵੀਜ਼ ਨੂੰ ਰੋਕਣਾ ਬਹੁਤ ਅਫਸੋਸਨਾਕ ਹੈ। ਭਾਰਤ ਨੇ ਕਿਹਾ ਕਿ ਦੋਰੇ ਮਾਪਦੰਡ ਸਲਾਮਤੀ ਕੌਂਸਲ ਦੀ ਪ੍ਰੋਸੇਜੋਗਤਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਕਾਲੀ ਸੂਚੀ 'ਚ ਪਾਉਣ ਦੀ ਤਜ਼ਵੀਜ਼ ਨੂੰ ਰੋਕ ਦਿੱਤਾ ਸੀ ਮੱਕੀ ਅਮਰੀਕਾ ਦੇ ਵੱਲੋਂ ਨਾਮਜ਼ਦ ਅਤੇ ਲਸ਼ਕਰੇ ਤਾਇਬਾ ਦੇ ਮੁਖੀ ਤੇ ਮੁੰਬਈ دہشتਤੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦਾ ਰਿਸ਼ਤੇਦਾਰ ਹੈ ਭਾਰਤ ਦੀ ਯੂਨ ਚ ਸਥਾਈ ਪ੍ਰਤੀਨਿਧੀ ਰੁਚੀਰਾ ਕੰਬੋਜ਼ ਨੇ ਮੰਗਲਵਾਰ ਨੂੰ ਕਿਹਾ ਕਿ ਬਿਨਾਂ ਕਿਸੇ ਸਪਸ਼ਟੀਕਰਨ ਦੇ ਕਿਸੇ ਤਜ਼ਵੀਜ਼ ਨੂੰ ਰੋਕਣ ਦੀ ਰਵਾਇਤ ਖਤਮ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਪਾਬੰਦੀਆਂ ਕਮੇਟੀ ਦੇ ਟੁਕਮੇ ਕੰਮਕਾਰ ਦੇ ਲਈ ਵਧੇਰੇ ਪਾਰਦਰਸ਼ਤਾ ਜਵਾਬਦੇਹੀ ਅਤੇ ਉਦੇਸ਼ ਦੀ ਲੋੜ ਹੈ ਦੇਸ਼ਤੀ ਕਾਰਵਾਈਆਂ ਦੇ ਨਾਲ ਕਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰੇ ਸਬੰਧੀ ਚੀਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਰੁਚੇਰਾ ਨੇ ਕਿਹਾ ਕਿ ਜਦੋਂ ਕਮਾਂਤਰੀ ਅਤਵਾਦ ਖਿਲਾਫ ਲੜਨ ਦਾ ਮੁੱਦਾ ਹੋਵੇ ਤਾਂ ਸਲਾਮਤੀ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਇੱਕ ਸੁਰਜ ਇਕੱਠੇ ਆਸ਼ੇਤੀ ਦੇ ਨਾਲ ਫੈਸਲਾ ਲੈਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 280 ਅਰਬ ਡਾਲਰ ਦੇ ਦੋਪੱਖੀ ਬਿੱਲ ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਨੇ। ਬਿਲ ਦਾ ਉਦੇਸ਼ ਅਮਰੀਕਾ ਦੇ ਵਿੱਚ ਉੱਚ ਤਕਨੀਕੀ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਨਾਲ ਦੇਸ਼ ਨੂੰ ਚੀਨ ਦੇ ਨਾਲ ਮੁਕਾਬਲੇਬਾਜ਼ੀ ਦੇ ਵਿੱਚ ਸਹਾਇਤਾ ਮਿਲੇਗੀ ਦੋ ਪੱਖੀ ਬਿਲ ਦਾ ਮਤਲਬ ਹੈ ਕਿ ਇਸ ਨੂੰ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਦਾ ਸਮਰਥਨ ਹਾਸਲ ਹੈ ਇਸ ਬਿਲ ਨੂੰ ਚਿਪਸ ਬਿਲ ਦਾ ਨਾਮ ਦਿੱਤਾ ਗਿਆ ਵਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਰੋਜ਼ ਗਾਰਡਨ ਸਮਾਰੋਹ ਦੇ ਵਿੱਚ ਸੰਸਦ ਮੈਂਬਰ ਸੰਗਠਿ ਅਧਿਕਾਰੀ ਸਥਾਨਕ ਰਾਜਨੀਤਾ ਅਤੇ ਕਾਰੋਬਾਰੀ ਨੇਤਾ ਸ਼ਾਮਲ ਹੋਣਗੇ ਇਸ ਦੌਰਾਨ ਬਾਈਡਨ ਨਵਾਂ ਕਾਨੂੰਨ ਜਾਰੀ ਕਰਨਗੇ ਨਵਾਂ ਕਾਨੂੰਨ ਸਥਾਨਕ ਪੱਧਰ ਤੇ ਸੈਮੀ ਕੰਡਕਟਰ ਉਦਯੋਗ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਇਸ ਦੇ ਨਾਲ ਇਸ ਮਹੱਤਵਪੂਰਨ ਸਮੱਗਰੀ ਦੇ ਲਈ ਦਰਾਮਦ ਤੇ ਅਮਰੀਕਾ ਦੀ ਨਿਰਭਰਤਾ ਘਟੇਗੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਇਸ ਲਈ ਅਮਰੀਕਾ ਦੇ ਵਿੱਚ ਨਿਵੇਸ਼ ਕਰਨ ਜਾ ਰਹੇ ਹਾਂ ਅਸੀਂ ਇਸ ਨੂੰ ਅਮਰੀਕਾ ਦੇ ਵਿੱਚ ਬਣਾਉਣ ਜਾ ਰਹੇ ਹਾਂ ਅਸੀਂ ਅਮਰੀਕਾ ਦੇ ਵਿੱਚ 21ਵੀਂ ਸਦੀ ਦੀ ਆਰਥਿਕ ਮੁਕਾਬਲੇਬਾਜ਼ੀ ਜਿੱਤਣ ਜਾ ਰਹੇ ਹਾਂ ਦੱਖਣੀ ਇੰਡੀਆਨਾ ਦੇ ਸ਼ਹਿਰ ਵਿਵਾਂਸਵੇਲੇ ਵਿੱਚ ਬੁੱਧਵਾਰ ਨੂੰ ਇੱਕ ਕਾਰ ਦੇ ਵਿੱਚ ਧਮਾਕੇ ਹੋਣ ਕਾਰਨ ਤੇ ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਸ਼ਰਾਬ ਧਮਾਕੂ ਹਥਿਆਰ ਅਤੇ ਵਿਸਫੋਟਕ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ। ਵੈਡਰਵਰਕਸ ਕਾਉਂਟੀ ਦੇ ਚੀਫ ਡਿਪਟੀ ਕਾਰਨਰ ਡੇਵ ਅਨਸਨ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੀ ਪਛਾਣ ਉਦੋਂ ਤੱਕ ਪ੍ਰਗਟ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਕੋਰੋਨਰ ਇੱਕ ਸਰਕਾਰੀ ਜਾਂ न्याय ਅਧਿਕਾਰੀ ਹੁੰਦਾ ਹੈ ਜਿਸ ਕੋਲ ਮੌਤ ਦੇ ਕੇਸ ਦੀ ਜਾਂਚ ਕਰਨ ਦਾ ਜਾਂ ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੁੰਦਾ ਹੈ। ਇਵਾਨਾਸਵੇਲੇ ਫਾਇਰ ਡਿਪਾਰਟਮੈਂਟ ਦੇ ਮੁਖੀ ਮਾਈਕ ਕੈਲਨੀ ਨੇ ਕਿਹਾ ਕਿ ਦੁਪਹਿਰ 1 ਵਜੇ ਦੇ ਕਰੀਬ ਹੋਇਤਮਾਕੇ ਦੇ ਵਿੱਚ ਕੁੱਲ 39 ਘਰ ਨੁਕਸਾਨੇ ਗਏ ਨੇ। ਉਨ੍ਹਾਂ ਵਿੱਚ ਨਾ ਕਿਹਾ ਕਿ ਘੱਟੋ-ਘੱਟ 3 ਲੋਕ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇੰਡੀਆਨਾ ਦੇ ਸ਼ਹਿਰ ਇਵਾਨਸਵਿਲੇ ਦੇ ਇੱਕ ਘਰ ਵਿੱਚ ਬੁੱਧਵਾਰ ਨੂੰ ਹੋਏ ਧਮਾਕੇ ਦੇ ਵਿੱਚ ਘੱਟੋ-ਘੱਟ 3 ਲੋਕ ਜ਼ਖਮੀ ਹੋ ਗਏ ਨੇ। ਕਈ ਕਰਾਨੋਂ ਨੁਕਸਾਨ ਪਹੁੰਚਿਆ ਹੈ। 5 ਸਾਲਾਂ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਕਿਸੇ ਘਰ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 27 ਜੂਨ 2017 ਨੂੰ ਹੋਏ ਧਮਾਕੇ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 3 ਹੋਰ ਜ਼ਖਮੀ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਬਾਗੀ ਆਗੂ ਜਗਮੀਤ ਸਿੰਘ ਬਰਾੜ ਨੂੰ ਕੱਢਣ ਦੀ ਤਿਆਰੀ ਖਿੱਚ ਲਈ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਦੀ ਪੋਸ਼ਟੀ ਕਰਦੇ ਆ ਕਿਹਾ ਕਿ ਇਸਲੇ ਦਿਨਾਂ ਤੋਂ ਜਗਮੀਤ ਸਿੰਘ ਬਰਾੜ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਟਿੱਪਣੀਆਂ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾ ਰਿਹਾ ਹੈ ਇਸ ਲਈ ਪਾਰਟੀ ਸਾਰੇ ਮਾਮਲੇ ਤੇ ਵਿਚਾਰ ਕਰ ਰਹੀ ਹੈ ਤੇ ਅਨੁਸ਼ਾਸਨਹੀਣਤਾ ਦੀ ਕਾਰਵਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੱਥੇਬੰਦਕ ਢਾਂਚਾ ਤਾਂ ਭੰਗ ਕਰ ਦਿੱਤਾ ਸੀ ਪਰ ਪਿਛਲੇ ਦਿਨਾਂ ਦੌਰਾਨ ਅਨੁਸ਼ਾਸਨੀ ਕਮੇਟੀ ਦਾ ਗਠਨ ਕਰਕੇ ਪਾਰਟੀ ਅੰਦਰ ਬਾਗੀ ਗਤੀਵਿਧੀਆਂ ਕਰ ਰਹੇ ਆਗੂਆਂ ਖਿਲਾਫ ਕਾਰਵਾਈ ਦਾ ਸਪਸ਼ਟ ਸੰਦੇਸ਼ ਦਿੱਤਾ ਸੀ ਇਸ ਕਮੇਟੀ ਦਾ ਮੁਖੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਣਾਇਆ ਗਿਆ ਹੈ ਪਾਰਟੀ ਅੰਦਰਲੇ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਦੀ ਸ਼ੁਰੂਤਾ ਸ਼ੁਰੂਆਤ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਨਾਮਗੋਖ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਹੋਈ ਮੀਟਿੰਗ ਨੂੰ ਵੱਡੀ ਬਗਾਵਤੀ ਗਤੀਵਿਧੀਆਂ ਮੰਨਿਆ ਜਾ ਰਿਹਾ ਹੈ ਲੰਕੀ ਰਾਜ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਅੱਧੀ ਦਰਜਨ ਸੀਨੀਅਰ ਆਗੂਆਂ ਦੇ ਨਾਲ ਪਾਰਟੀ ਅੰਦਰ ਪੈਦਾ ਹੋਏ ਤਾਜ਼ਾ ਹਾਲਾਤ ਅਤੇ ਵੱਖਰੇ ਧੜੇ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਬਾਰੇ ਚਰਚਾ ਕੀਤੀ ਸੀ ਉਧਰ ਪਾਰਟੀ ਪ੍ਰਧਾਨ ਨੇ ਕਰੀਬੀਆਂ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮੰਜੀਠੀਆਂ ਨੂੰ ਜ਼ਮਾਨਤ ਮਿਲਣ ਨਾਲ ਵੀ ਸੁਖਬੀਰ ਸਿੰਘ ਬਾਦਲ ਰਾਹਤ ਮਹਿਸੂਸ ਕਰ ਰਹੇ ਨੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਮਾਜੇ ਦੇ ਆਗੂਆਂ ਦਰਮਾਨ ਉੱਠੇ ਉੱਟ ਰਹੀਆਂ ਬਾਗੀ ਸੁਨਾ ਠੰਡੀਆਂ ਕਾਰਨ ਚ ਮੰਜੀਠੀਆਂ ਅਹਿਮ ਭੂਮਿਕਾ ਨਿਭਾ ਸਕਦੇ ਨੇ ਪਾਰਟੀ ਆਗੂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਨਾ ਕਿਸੇ ਮੀਟਿੰਗ ਦੇ ਵਿੱਚ ਗੁਪਤ ਤਰੀਕੇ ਨਾਲ ਚੱਲ ਰਹੀਆਂ ਸਨ ਪਰ ਇਕਬਾਲ ਸਿੰਘ ਝੁੰਡਾ ਕਮੇਟੀ ਵੱਲੋਂ ਰਿਪੋਰਟ ਦੇਣ ਤੇ ਸੰਗਰੂਠ ਸੰਸਦ ਦੀ ਹਲਕੇ ਦੀ ਚੋਣ ਦੇ ਵਿੱਚ ਪਾਰਟੀ ਨੂੰ ਬਹੁਤ ਘੱਟ ਵੋਟਾਂ ਪੈਣ ਦੀ ਸਥਿਤੀ ਸਾਹਮਣੇ ਆਉਣ ਤੋਂ ਬਾਅਦ ਕਈ ਆਗੂ ਖੁੱਲ੍ਹਿਆਂ ਬੋਲਣ ਲੱਗੇ ਨੇ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਬਰਾੜ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਇਸ ਲਈ ਸ਼੍ਰੀ ਬਰਾੜ ਵਿਰੁੱਧ ਅਪਵਾ ਕਾਰਵਾਈ ਦਾ ਮੋੜ ਬਣਿਆ ਜਾ ਰਿਹਾ ਹੈ ਸੀਨੀਅਰ ਅਕਾਲੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਪਿਛਲੇ ਦਿਨਾਂ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕਈ ਫੈਸਲਿਆਂ ਦੀ ਆਲੋਚਨਾ ਕੀਤੀ ਸੀ ਇਸ ਤਰ੍ਹਾਂ ਪਾਰਟੀ ਨੂੰ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਆਕਾਲੀ ਦਲ ਦੇ ਵਿੱਚ ਦੂਜੀ ਕਤਾਰ ਤੇ ਆਗੂਆਂ ਤੋਂ ਮੰਨੀ ਜਾ ਰਹੀ ਹੈ ਇਹਨਾਂ ਚ ਦਾਖਾਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਸਾਬਕਾ ਵਿਧਾਨ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਾਝੇ ਦੇ ਆਗੂ ਰਵਿੰਦ ਰਵੀਵਿੰਦਰ ਸਿੰਘ ਕਾਲੋ ਸ਼ਾਮਲ ਨੇ ਇਹਨਾਂ ਆਗੂਆਂ ਨੂੰ ਮੁੱਖ ਧਾਰਾ ਦੇ ਵਿੱਚ ਰੱਖਣਾ ਵੱਡੀ ਚੜ੍ਹਤੀ ਹੈ ਆਲੀ ਨੇ ਤਾਂ ਸੁਖਬੀਰ ਸਿੰਘ ਦੀ ਇੱਕ ਤੋਂ ਵੱਧ ਵਾਰੀ ਖੁੱਲੇ ਆਮ ਆਲੋਚਨਾ ਕੀਤੀ ਹੈ ਪਾਰਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਮੁੜ ਹਾਸਲ ਕਰਨ ਦੇ ਲਈ ਵਿਰੋਧੀਆਂ ਅਤੇ ਮੁੱਖ ਧਾਰਾ ਦੇ ਅਕਾਲੀਆਂ ਦੋਂ ਮਾਪਸੇ ਹੀ ਤਾਲਮੇਲ ਰੱਖਿਆ ਜਾ ਰਿਹਾ ਹੈ ਸ਼੍ਰੋਮਣੀ ਕਾਲੀਦਾਲ ਵੱਲੋਂ ਪਵਿੱਖ ਚ ਜਥੇਬੰਦਕ ਢਾਂਚੇ ਦਾ ਗਠਨ ਵੀ ਕੀਤਾ ਜਾਣਾ ਹੈ ਜੀਡੀਪੀ ਆਗੂ ਨतीश ਕੁਮਾਰ ਨੇ ਅੱਜ ਇੱਥੇ ਰਾਜ ਸਭਾ ਭਵਨ ਦੇ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਹਲਫ ਲਿਆ ਕੁਮਾਰ ਦੇ ਨਾਲ ਰਾਸ਼ਟਰੀ ਜਨਤਾ 당ਲ ਆਗੂ ਤੇਜਸਵੀ ਯਾਦਵ ਨੇ ਵੀ ਸੌ ਚੁੱਕੀ ਹੈ ਤੇਜਸਵੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਚਰਚੇ ਨੇ ਰਾਜਪਾਲ ਫਾਗੂ ਚੋਹਾਨ ਨੇ ਦੋਵਾਂ ਨੂੰ ਅਹੁਦੇ ਦਾ ਹਲਫ ਦਿਵਾਇਆ ਮਹਾਗਠਵੰਦਨ ਵਿਚਾਲੇ ਅਹਿਮ ਪਾਈਵਾਲ ਜੀਡੀਪੀ ਆਰ ਜੀ ਡੀ ਦੇ ਕਾਂਗਰਸ ਆਪਸ ਦੇ ਵਿੱਚ ਸਲਾਮ ਮਸ਼ਵਰੇ ਮਗਰ ਲੋ ਜਲਦ ਹੀ ਮੰਤਰੀ ਮੰਡਲ ਦਾ ਐਲਾਨ ਕਰਨਗੇ ਨਤੀਸ਼ ਨੇ ਲੰਗੇ ਦਿਨੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨਾਲ ਤੋੜ ਵਿਛੋੜਾ ਕਰਦੇ ਹੋਏ ਆਰਜीडी ਦੇ ਨਾਲ ਹੱਥ ਮਿਲਾਇਆ ਸੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਨਤੀਸ਼ ਕੁਮਾਰ ਗ੍ਰਹਿ ਮੰਤ్రਾਲਾ ਆਪਣੇ ਕੋਲ ਰੱਖੜ ਕੇ ਜਦੋਂ ਕਿ ਆਰਜीडी ਨੂੰ ਉਹ ਸਾਰੇ ਵਿਭਾਗ ਮਿਲ ਸਕਦੇ ਨੇ ਜੋ ਪਹਿਲਾਂ ਭਾਜਪਾ ਦੇ ਕੋਲ ਸਨ ਸੂਤਰ ਨੇ ਕਿਹਾ ਕਿ ਨਵੀਂ ਕੈਬਨਿਟ ਦੇ ਗਠਨ ਨੂੰ ਲੈ ਕੇ ਭਾਈਵਾਲਾਂ ਵਿੱਚ ਸਮਝੌਤਾ ਸਿਰੇ ਚੜ ਗਿਆ ਹੈ ਕੈਬਨਿਟ ਦੇ ਵਿੱਚ 35 ਜਾਂ ਇਸ ਤੋਂ ਵੱਧ ਮੈਂਬਰ ਹੋਣਗੇ ਜੋ ਜੀਡੀਯੂ ਆਰਜੀਡੀ ਤੇ ਕਾਂਗਰਸ ਤੋਂ ਲੈ ਜਾਣਗੇ ਇਸ ਦੌਰਾਨ ਮਹਾਗਠਮੰਦਨ ਸਰਕਾਰ ਦੇ ਗਠਨ ਨੂੰ ਲੈ ਕੇ ਰਾਜ ਭਵਨ ਅਤੇ ਕੁਮਾਰ ਦੇ ਯਾਦ ਕੁਮਾਰ ਯਾਦਵ ਦੀਆਂ ਰਿਹائشਾਂ ਤੇ ਬਾਹਰ ਸੈਂਕੜੇ ਜੀਡੀਯੂ ਤੇ ਆਰਜੀਡੀ ਵਰਕਰ ਮੌਜੂਦ ਰਹੇ ਵਰਕਰਾਂ ਨੇ ਪਟਾਕੇ ਚਲਾਏ ਤੇ ਮਠਿਆਈਆਂ ਵਟੀਆਂ ਹਲਫਦਾਰੀ ਸਮਾਗਮ ਅਗਰੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਨਿਤਿਸ਼ ਕੁਮਾਰ ਨੇ ਭਾਜਪਾ ਦੇ ਇਸ ਦਾਅਵੇ ਨੂੰ ਤੇਰੇ ਤੋਂ ਖਾਰਜ ਕਰ ਦਿੱਤਾ ਕਿ ਨਵੀਂ ਸਰਕਾਰ ਆਪਣਾ ਕਾਰਜਕਾਰ ਵੀ ਪੂਰਾ ਨਹੀਂ ਕਰੇਗੀ। ਕੁਮਾਰ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੇ ਪੁਰਾਣੇ ਭਾਈਵਾਲ ਠੀਕ ਉੱਥੇ ਥਾਂ ਤੇ ਪਹੁੰਚੇਗੇ ਨੇ ਜਿੱਥੇ ਉਹ 2015 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਖੜੇ ਸਨ। ਕੁਮਾਰ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਉਹ ਪਿਹਾਰ ਦੇ ਲੋਕਾਂ ਦੇ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਦੀ ਬਦਲਣ ਦੀ ਖੁਆਇਸ਼ ਬਾਰੇ ਭਾਜਪਾ ਦੇ ਦਾਅਵਿਆਂ ਬਾਰੇ ਪੁੱਛਣ ਤੇ ਕੁਮਾਰ ਨੇ ਕਿਹਾ ਕਿ ਉਹਨਾਂ ਅਜੇ ਹੀ ਕੋਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਪਰ ਉਹਨਾਂ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ 2014 ਬੀਤੇ ਦੀ ਗੱਲ ਹੈ ਉਹਨਾਂ ਨੂੰ ਹੁਣ 2024 ਦੀ ਫਿਕਰ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੂੰ ਚਾਹੀਦਾ ਸੀ ਕਿ ਉਹ 2020 ਦੀ ਅਸੈਂਬਲੀ ਚੋਣਾਂ ਮਗਰੋਂ ਉਹਨਾਂ ਨੂੰ ਇੱਕ ਹੋਰ ਮੌਕਾ ਦੇਣ ਦੀ ਥਾਂ ਆਪਣੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਨੂੰ ਮੁੱਖ ਮੰਤਰੀ ਦੇ ਸਿਖਰਲੇ ਅਹੁਦੇ ਉੱਤੇ ਬਿਠਾਉਂਦੀ ਸੁਪਰੀਮ ਕੋਰਟ ਨੇ ਟੀਵੀ ਡਿਬੇਟ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਮਵਾਦਤ ਟਿੱਪਣੀਆਂ ਤੇ ਲਈ ਭਾਜਪਾ ਦੀ ਮੌਤਲ ਸੁਦਾ ਮਹਿਲਾ ਤਰਜਮਾਨ ਨੂਪੁਰ ਸ਼ਰਮਾ ਖਿਲਾਫ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਦਰਜ ਕੇਸਾਂ ਨੂੰ ਇਕੱਠਿਆ ਕਰਨ ਤੇ ਇਹਨਾਂ ਨੂੰ ਦਿੱਲੀ ਕੁਲਿਸ ਕੋਰਟ ਤਬਦੀਲ ਕਰਨ ਦੀ ਹਦਾਇਤ ਕੀਤੀ ਹੈ ਜਸਟਿਸ ਸੂਰਜਕਾਂਤ ਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਸ਼ਰਮਾ ਨੂੰ ਗ੍ਰਿਫਤਾਰੀ ਤੋਂ ਦਿੱਤੀ ਰਾਹਤ ਵੀ ਵਧਾ ਦਿੱਤੀ ਹੈ ਬੈਂਚ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਵੱਲੋਂ ਜਾਂਚ ਮੁਕੰਮਲ ਕੀਤੇ ਜਾਣ ਤੱਕ ਸ਼ਰਮਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਇਸ ਦੇ ਨਾਲ ਹੀ ਸਿਖਰਲੀ ਕੋਰਟ ਨੇ ਸ਼ਰਮਾ ਨੂੰ ਉਸ ਖਿਲਾਫ ਦਰਜ ਐਫ ਆਰ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਹਾਈ ਕੋਰਟ ਦਾ ਰੁਕਕਰਨ ਤੇ ਵੀ ਖੁੱਲ੍ਹ ਦਿੱਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਪਵਿਕ ਵਿੱਚ ਦਰਜ ਹੋਣ ਵਾਲੀਆਂ ਸਾਰੀਆਂ ਐਫ ਆਰ ਵੀ ਜਾਂਚ ਦੇ ਲਈ ਦਿੱਲੀ ਪੁਲਿਸ ਨੂੰ ਤਬਦੀਲ ਕੀਤੀਆਂ ਜਾਣਗੀਆਂ ਬੈਂਚ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਇੰਟੈਲੀਜੈਂਸ ਫਿਊਜ਼ਨ ਦੇ ਸਟ੍ਰੈਟੈਜਿਕ ਆਪਰੇਸ਼ਨਾਂ ਦੇ ਵੱਲੋਂ ਐਫ ਆਈ ਆਰਜ਼ ਦੀ ਜਾਂਚ ਕੀਤੀ ਜਾਵੇਗੀ। ਸ਼ਰਮਾ ਦੇ ਵੱਲੋਂ ਟੀਵੀ ਡਿਬੇਟ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਦੇ ਨਾਲ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਕਈ ਖਾੜੀ ਮੁਲਕਾਂ ਨੇ ਵੀ ਇਸ ਬਾਰੇ ਤਿੱਖੇ ਪ੍ਰतिकਰਮ ਦਿੱਤੇ ਸਨ। ਇਸ ਵਿਰੋਧ ਕਰਕੇ ਭਾਜਪਾ ਨੇ ਮਗਰੋਂ ਉੱਪਰ ਸ਼ਰਮਾ ਨੂੰ ਪਾਰਟੀ ਦੇ ਵਿੱਚੋਂ ਬਹੰਤਰ ਕਰ ਦਿੱਤਾ ਸੀ। ਬੈਂਚ ਨੇ ਕਿਹਾ ਸੀ ਕਿ ਉਹ ਸਿੱਖਰਲੀ ਕੋਰਟ ਵੱਲੋਂ ਮੁਹੰਮਦ ਜ਼ੁਬੈਰ ਕੇਸ ਵਿੱਚ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਏਗੀ। ਜਸਟਿਸ ਸੂਰਿਆकांत ਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਕਿਹਾ ਕਿ ਮੁਹੰਮਦ ਜ਼ੁਬੇਰ ਕੇਸ ਤੇ ਕੁਝ ਹੋਰ ਨਾ ਕੇਸਾਂ ਦੇ ਵਿੱਚ ਤਿੰਨ ਜੱਜਾਂ ਦੇ ਬੈਂਚ ਦੇ ਵਜੋਂ ਅਸੀਂ ਜੋ ਕੋਈ ਵੀ ਫੈਸਲਾ ਲਿਆ ਅਸੀਂ ਉਸ ਦੇ ਲਈ ਪਾਲਣਾ ਕਰਾਂਗੇ ਤਿੰਨ ਬੈਂਚ ਤਿੰਨ ਮੈਂਬਰੀ ਬੈਂਚ ਨੇ 20 ਜੁਲਾਈ ਨੂੰ ਕੀਤੇ ਹੁਕਮਾਂ ਦੇ ਵਿੱਚ ਆਲਟ ਨਿਊਜ਼ ਦੇ ਸਹਿਬਾਨੀ ਜ਼ੁਬੇਰ ਨੂੰ ਯੂਪੀ ਦੇ ਵਿੱਚ ਕਥਿਤ ਨਫਰਤਈ ਤਕਰੀਰ ਮਾਮਲੇ ਦੇ ਵਿੱਚ ਦਰਜ ਸਾਰੀਆਂ ਐਫ ਆਈ ਆਰ ਚ ਅੰਤਰੀਮ ਜ਼ਮਾਨਤ ਤੇ ਰਹਾ ਕਰਨ ਦੇ ਹੁਕਮ ਕੀਤੇ ਸਨ ਅਤੇ ਯੂਪੀ ਦੇ ਵਿੱਚ ਦਰਜ ਸਾਰੇ ਕੇਸ ਤਬਦੀਲ ਦਿੱਲੀ ਕੀਤੇ ਗਏ ਸਨ। ਭਾਰਤ ਦੀ ਭਵਾਨੀ ਦੇਵੀ ਨੇ ਇੱਥੇ ਚੱਲ ਰਹੀਆਂ ਰਾਸ਼ਟਰੀ ਮੰਡਲ ਤਲਵਾਰਵਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ ਜਿੱਤ ਕੇ ਆਪਣਾ ਖਿਤਾਬ ਬਚਾ ਲਿਆ। ਵਿਸ਼ਵ ਚ ਬਤਾਲੇਮਾ ਦਰਜਾ ਪ੍ਰਾਪਤ ਭਵਾਨੀ ਤਲਵਾਰਬਾਜ਼ੀ ਤੇ ਮੰਗਲਵਾਰ ਨੂੰ ਸੀਨੀਅਰ ਮਹਿਲਾ ਬਾ ਸਾਬਰੇ ਵਿਅਕਤੀਗਤ ਵਰਗ ਦੇ ਫਾਈਨਲ ਦੇ ਵਿੱਚ ਆਸਟ੍ਰੇਲੀਆ ਦੀ ਵਰੋਨਿਕਾ ਵਾਸੀਲੇਵਾ ਨੂੰ 15-10 ਦੇ ਨਾਲ ਹਰਾਇਆ। ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਵਾਜ਼ ਬਣਨ ਤੋਂ ਬਾਅਦ ਪਵਾਨੀ ਨੇ ਆਪਣੀ ਖੇਡ ਦੇ ਵਿੱਚ ਲਗਾਤਾਰ ਸੁਧਾਰ ਕੀਤਾ ਹੈ ਸੋਨ ਤਗਮਾ ਜਤਨ ਮਗਰੋਂ ਪਵਾਨੀ ਨੇ ਕਿਹਾ ਫਾਈਨਲ ਬਹੁਤ ਮੁਸ਼ਕਿਲ ਸੀ ਮੈਂ ਇਸ ਸਾਲ ਭਾਰਤ ਦੇ ਲਈ ਇੱਕ ਹੋਰ ਸੋਨਾ ਸੋਨ ਤਗਮਾ ਜਿੱਤ ਕੇ ਬਹੁਤ ਖੁਸ਼ ਹਾਂ ਮੇਰੇ ਇਸ ਮੇਰੇ ਲਈ ਇਸ ਸਾਲ ਦਾ ਸਫ਼ਰ ਹੁਣ ਤੱਕ ਦਾ ਬਹੁਤ ਸ਼ਾਨਦਾਰ ਰਿਹਾ ਅਤੇ ਮੈਂ ਆਉਣ ਵਾਲੇ ਮੁਕਾਬਲਿਆਂ ਦੇ ਵਿੱਚ ਵੀ ਇਸ ਨੂੰ ਬਰਕਰਾਰ ਰੱਖਣਾ ਚਾਹੁੰਦੀ ਹਾਂ ਫਰੀਦਕੋਟ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਕੋਲੋਂ ਹਾਸਲ ਕਰਕੇ ਅੱਜ ਉਸ ਨੂੰ ਇੱਥੇ ਇਲਾਕਾ ਮੈਜਿਸਟ੍ਰੇਟ ਅਜੀਪਾਲ ਸਿੰਘ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਿਸ ਕਰ ਯੋਗ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਕਤ्थਿਤ ਜੁਲਾਈ 2021 ਵਿੱਚ ਕੋਟਕਪੂਰਾ ਦੇ ਇੱਕ ਕੱਪੜਾ ਵਪਾਰੀ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਅਤੇ ਫਰੋਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇਸ ਸੰਬੰਧੀ ਕੋਟਕਪੂਰਾ ਦੇ ਵਪਾਰੀ ਨੇ ਪੁਲਿਸ ਕੋਲ ਬਿਆਨ ਵੀ ਦਰਜ ਕਰਵਾਏ ਸਨ ਪੁਲਿਸ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਫਰੋਤੀ ਬੰਗੜ ਦੇ ਮਾਮਲੇ ਦੇ ਵਿੱਚ ਗੋਲਦੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਖਿਲਾਫ 19 ਜੁਲਾਈ ਨੂੰ ਆਈਪੀਸੀ ਦੀ ਧਾਰਾ 387 506 ਅਤੇ 120 ਦੇ ਹਦ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਕੀਤੀ ਜਾਣੀ ਬਾਕੀ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਬਿਸ਼ਨੋਈ ਦਾ ਮੈਡੀਕਲ ਚੈੱਕਅਪ ਕਰਵਾਇਆ ਤੇ ਜ਼ਿਲ੍ਹਾ ਔਟਾਰਨੀ ਦਫ਼ਤਰ ਦੇ ਵਿੱਚ ਉਸ ਤੋਂ ਲੰਬੀ ਪੁਛਪੜਤਾਲ ਕੀਤੀ। ਇਸ ਸਬੰਧੀ ਪੁਲਿਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਪੁਲਿਸ ਦੀ ਵਿਸ਼ੇਸ਼ ਟੀਮ ਲਾਰਸ ਬਿਸ਼ਨੋਈ ਤੋਂ ਫਿਰੋਤੀ ਕੇਸ ਦੀ ਜੋ ਪੁਛਪੜਤਾਲ ਕਰ ਰਹੀ ਹੈ ਹਾਲਾਂਕਿ ਲਾਰਸ ਬਿਸ਼ਨੋਈ ਤੋਂ ਗੁਰਲਾਲ ਕਤਲकांड ਦੇ ਵਿੱਚ ਪੁਲਿਸ ਅਜੇ ਪੁਛਪੜਤਾਲ ਨਹੀਂ ਕਰ ਰਹੀ ਕਿਉਂਕਿ ਇਸ ਮਾਮਲੇ ਦੀ ਪੜਤਾਲ ਤੇ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ। ਬੀਤੇ ਦਿਨੀ ਵਾਸ਼ਿੰਗਟਨ ਖੇਤਰ ਦੇ ਸਿੱਖਾਂ ਨੇ 10 ਸਾਲ ਪਹਿਲਾਂ ਵਿਸਕਨਸਨ ਦੇ ਓਕ੍ਰਿਕ ਗੁਰਦੁਆਰੇ ਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਰਦਾਸ ਵਿਜਲ ਆਯੋਜਿਤ ਕੀਤਾ ਯਾਦ ਰਹੇ ਕਿ 10 ਸਾਲ ਪਹਿਲਾਂ ਓਕ੍ਰਿਕ ਵਿਸਾਕਨਸਨ ਦੇ ਸੈਂਟਰ ਵਿੱਚ ਇੱਕ ਸਿਰਫਰੇ ਬੰਦੂਕਧਾਰੀ ਗੋਰੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ 6 ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ ਇਸ ਅਰਦਾਸ ਸਮਾਗਮ ਦੇ ਵਿੱਚ ਵਾਸ਼ਿੰਗਟਨ ਤੇ ਹੋਰ ਦੂਜੇ ਧਰਮਾਂ ਦੇ ਮੁਖੀ ਲੋਕਲ ਅਤੇ ਨੈਸ਼ਨਲ ਸਰਕਾਰ ਦੇ ਕਈ ਨੁਮਾਇੰਦੇ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਸਿੱਖ ਭਾਈਚਾਰੇ ਦਾ ਆਲ ਇੱਕਜੁੱਟਤਾ ਤੇ ਸਮਰਥਨ ਦਾ ਪ੍ਰਗਟਾ ਕੀਤਾ ਸ਼ੁੱਕਰਵਾਰ 5 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਸਿੱਖ ਸੈਂਟਰ ਮੈਰੀਲੈਂਡ ਵਿਖੇ ਮਾਰੇਗੇ ਸਿੱਖਾਂ ਦੀ ਅਦਾਸ ਵਿਸਲ ਆਯੋਜਿਤ ਗਈ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਧਾਰਮਿਕ ਆਗੂ ਤੇ ਸਰਕਾਰੀ ਅਧਿਕਾਰੀ ਸਿੱਖ ਭਾਈਚਾਰੇ ਦੇ ਨਾਲ ਇੱਕਜੁੱਟਤਾ ਦਾ ਸਮਰਥਨ ਕਰਦੇ ਨਜ਼ਰ ਆਏ ਉਨਾ ਮੋਂਟਗੋਮਰੀ ਦੇ ਕਾਉਂਟੀ ਐਗਜ਼ੀਕਿਊਟਿਵ ਮਾਰਕ ਐਲਚਰੀਚ ਨੇ ਪਹਿਲੇ ਸਪੀਕਰ ਵੱਲੋਂ ਸੰਬੋਧਨ ਕੀਤਾ ਉਹਨਾਂ ਤੋਂ ਬਾਅਦ ਇਲਾਵੈਨੀ ਡਰੇਸੈਂਟ ਜੌਨਸ ਐਫਸੀ ਕੋਪਲ ਕੇਰਸੀ ਸ਼ਾਫ ਵਿਜਲ ਖਾਨ ਮੈਥਿਊ ਰੀਗਨ ਸ਼ਿਵਾ ਸੁਪਰਮਨੀਅਮ ਡਾਕਟਰ ਜੈਨੀਫਰ ਲੋਤਫੀ ਤੇ ਮਨੁੱਖੀ ਅਧਿਕਾਰ ਦੇ ਕਮਿਸ਼ਨ ਡਾਇਰੈਕਟਰ ਜੇਮਸ ਸਟੌਨ ਨੇ ਵੀ ਸੰਬੋਧਨ ਕੀਤਾ ਬੁਲਾਰਿਆਂ ਨੇ ਨਿਆਯ ਵਿਭਾਗ ਦੇ ਕਮਿਊਨਿਟੀ ਨਾਲ ਇੱਕ ਜੁਕਤਤਾ ਪ੍ਰਗਟ ਕਰਨ ਲਈ ਖੇਤਰੀ ਨਿਰਦੇਸ਼ਕ ਬੋਨੇਸ ਥਾਮਸ ਨੂੰ ਸੰਦੇਸ਼ ਭੇਜਿਆ ਇਸ ਮੌਕੇ ਗੁਰਗੋਬਿੰਦ ਸਿੰਘ ਫਾਊਂਡੇਸ਼ਨ ਦੇ ਸਿਕਤਰ ਸਿੱਖ ਆਕੂ ਡਾਕਟਰ ਰਾਜਵੰਤ ਸਿੰਘ ਨੇ ਹਾਜ਼ਰ ਬੁਲਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਸੀਂ ਹੁਣ ਤੱਕ ਦੀਆਂ ਖਬਰਾਂ ਤੁਸੀਂ ਦੇਖਦੇ ਰਹੋ ਪੰਜਾਬ ਦੇ ਯੂਐਸਟੀਵੀ ਮੇਨ ਦੇ ਆਗਿਆ ਸਤਿ ਸ਼੍ਰੀ ਅਕਾਲ